ਜਲੰਧਰ ਲੋਕ ਸਭਾ ਹਲਕੀ ਵਿੱਚ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਦੀਆਂ ਟੀਮਾਂ ਨੂੰ EVM ਅਤੇ VVPAT ਮਸ਼ੀਨਾਂਸ ਅਤੇ ਪੋਲਿੰਗ ਸਟੇਸ਼ਨਾਂ ਤੇ ਰਵਾਨਾ ਕਰ ਦਿੱਤਾ ਗਿਆ ਹੈ ਜਿਹੜੀਆਂ ਅੱਜ ਸ਼ਾਮ ਤੱਕ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਸਥਾਪਿਤ ਹੋ ਜਾਣਗੀਆਂ ਇਹਨਾਂ ਮਸ਼ੀਨਾਂ ਦੀ ਸਿਖਲਾਈ ਪਹਿਲਾਂ ਤੋਂ ਹੀ ਮਤਦਾਨ ਕਰਮੀਆਂ ਨੂੰ ਚਾਰ ਪੜਾਵਾਂ ਤੱਕ ਦਿੱਤੀ ਜਾ ਚੁੱਕੀ ਹੈ ਜਲੰਧਰ ਵਿੱਚ કુલ 16545400 ਵੋਟਰ ਨੇ ਜਿਨ੍ਹਾਂ ਵਿੱਚ 889688 ਮਰਦ ਅਤੇ 794273 ਮਹਿਲਾਵਾਂ ਸਮੇਤ 40 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਨੇ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜ਼ਿਲ੍ਹਾ ਪੱਧਰ ਤੇ ਇੱਕ ਵਿਸ਼ੇਸ਼ ਕੰਟਰੋਲ ਰੂਮ ਅਤੇ ਵੈਬ ਕਾਸਟਿੰਗ ਮੋਨੀਟਰ ਕੇਂਦਰ ਬਣਾਇਆ ਗਿਆ ਹੈ ਜਲੰਧਰ ਲੋਕ ਸਭਾ ਹਲਕਾ ਤਹਿਤ ਫਿਲੌਰ ਵਿਧਾਨ ਸਭਾ ਖੇਤਰ ਵਿੱਚ 9 ਸ਼ਾਕੋਟ ਵਿਖੇ 17 ਨਕੋਦਰ ਕਰਤਾਰਪੁਰ ਜਲੰਧਰ ਪਛਮੀ ਜਲੰਧਰ ਕੇਂਦਰੀ ਜਲੰਧਰ ਉਤਰੀ ਅਤੇ ਜਲੰਧਰ ਛੌਣੀ ਵਿੱਚ 10-10 ਅਤੇ ਆਦਮਪੁਰ ਵਿੱਚ 11 ਮਾਡਲ ਪੋਲਿੰਗ ਬੂਥ ਬਣਾਏ ਗਏ ਨੇ ਨੋ ਪੋਲਿੰਗ ਬੂਥ ਜੀਐਨਐ ਜਿਨ੍ਹਾਂ ਦਾ ਸੰਚਾਲਨ ਪੂਰੀ ਤਰ੍ਹਾਂ ਨਾਲ ਮਹਿਲਾਵਾਂ ਵੱਲੋਂ ਕੀਤਾ ਜਾਵੇਗਾ ਜਲ ਸੰਚਾਲਿਤ ਕੀਤਾ ਜਾਵੇਗਾ ਇਸੇ ਵਿਧਾਨ ਸਭਾ ਖੇਤਰ ਵਿੱਚ ਬਣਾਇਆ ਗਿਆ ਇੱਕ ਹੋਰ ਪੋਲਿੰਗ ਬੂਥ ਵਿਅੰਗ ਸਟਾਫ ਵੱਲੋਂ ਸੰਚਾਲਿਤ ਕੀਤਾ ਜਾਵੇਗਾ ਫਲੋਰ ਵਿਧਾਨ ਸਭਾ ਖੇਤਰ ਦੇ ਪਿੰਡ ਪਟੀਆਂ ਚ ਗ੍ਰੀਨ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ